सब्सक्राइब करो साडा YouTube चैनल पंजाबी मीनिया ते अपने फोन ते नवीं वीडियोस देखन दे लई हिट करो बेल आइकन। सत श्री अकाल जी, पंजाबी मीनिया ते तुहाडा सारयां दा स्वागत है। अज असी लैके आए हाँ तुहाडे सारयां दे लई एक बहुत ही मजेदार खबर। दोस्तों, मजेदार खबर यह है कि एक होर नवीं पंजाबी फिल्म दी अनाउंसमेंट हो चुकी है। ਵੱਖ-ਵੱਖ ਤਰ੍ਹਾਂ ਦੇ ਰੋਮਾਂਟਿਕ ਫਿਲਮਾਂ ਤੇ ਕ੍ਰਾਈਮ ਥ੍ਰਿਲਰ ਫਿਲਮਾਂ ਤੋਂ ਬਾਅਦ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਨਵੇਂ ਸਟਾਈਲ ਦੀ ਫਿਲਮ ਬਣਨੀ ਜਾ ਰਹੀ ਹੈ। ਇਹ ਇੱਕ ਆਊਟ ਐਂਡ ਆਊਟ ਐਕਸ਼ਨ ਸਟਾਈਲ ਦੀ ਫਿਲਮ ਹੋਏਗੀ। ਜੀ ਹਾਂ, ਇੱਕ ਨਵੀਂ ਫਿਲਮ ਕੱਲ੍ਹ ਅਨਾਊਂਸ ਕੀਤੀ ਗਈ ਹੈ ਜੋ ਟਿਪੀਕਲ ਐਕਸ਼ਨ ਐਂਟਰਟੇਨਰ ਫਿਲਮ ਹੋਏਗੀ। ਫਿਲਮ ਦਾ ਟਾਈਟਲ ਹੈ ਜੂਨੀਅਰ ਅਤੇ ਫਿਲਮ ਦੇ ਸਾਲ 2023 ਦੀ ਰਿਲੀਜ਼ ਡੇਟ ਵੀ ਅਨਾਊਂਸ ਕੀਤੀ ਗਈ ਸੀ। ਫਿਲਮ ਦਾ ਟੀਜ਼ਰ ਪੋਸਟਰ ਕੱਲ੍ਹ ਹੀ ਸੋਸ਼ਲ ਮੀਡੀਆ 'ਤੇ ਰਿਲੀਜ਼ ਹੋਇਆ ਹੈ ਅਤੇ ਰਿਲੀਜ਼ ਹੁੰਦਿਆਂ ਹੀ ਫੈਨਸ ਖੂਬ ਐਕਸਾਈਟਡ ਹੋ ਗਏ ਨੇ ਫਿਲਮ ਵੇਖਣ ਦੇ ਲਈ। ਜੂਨੀਅਰ ਦੀ ਸਟਾਰ ਕਾਸਟ ਕੁਝ ਇਸ ਤਰ੍ਹਾਂ ਦੀ ਹੈ। ਫਿਲਮ ਦੇ ਵਿੱਚ ਲੀਡ ਰੋਲ ਪਲੇ ਕਰਦੇ ਨਜ਼ਰ ਆਉਣਗੇ ਅਮੇਕ ਵਿਰਕ ਅਤੇ ਸ੍ਰਿਸ਼ਟੀ ਜੈਨ। ਇਹਨਾਂ ਤੋਂ ਇਲਾਵਾ ਫਿਲਮ ਦੇ ਵਿੱਚ ਸਪੋਰਟਿੰਗ ਰੋਲਸ ਦੇ ਵਿੱਚ ਨਜ਼ਰ ਆਉਣਗੇ ਕਬੀਰ ਬੇਦੀ, ਪ੍ਰਦੀਪ ਰਾਵਤ, ਪ੍ਰਦੀਪ ਚੀਮਾ, ਰਾਮ ਔਜਲਾ, ਜਸਲੀਨ ਰਾਣਾ, ਅਜੇ ਜੇਠੀ, ਮਰੀਅਮ ਰੋਇਨਿਸ਼ਵਿਲੀ, ਰੋਨੀ ਸਿੰਘ, ਕਰਨ ਗਾਬਾ। ਕਬੀਰ ਬੇਦੀ ਅਤੇ ਪ੍ਰਦੀਪ ਰਾਵਤ ਬਹੁਤ ਹੀ ਮੰਨੇ ਹੋਏ ਨੇ ਬਾਲੀਵੁੱਡ ਦੇ ਵਿੱਚ। ਫਿਲਮ ਦਾ ਜੋ ਟੀਜ਼ਰ ਪੋਸਟਰ ਰਿਲੀਜ਼ ਕੀਤਾ ਗਿਆ ਹੈ ਉਹਦੇ ਤੋਂ ਤੁਸੀਂ ਇਹ ਵੇਖ ਸਕਦੇ ਹੋ ਕਿ ਚੌਪਰਸ ਅਤੇ ਪੁਲਿਸ ਕਾਰਸ ਵਿਖਾਈਆਂ ਗਈਆਂ ਨੇ ਅਤੇ ਇਹ ਸੀਨ ਵੇਖ ਕੇ ਸਾਨੂੰ ਲੱਗ ਰਿਹਾ ਹੈ ਕਿ ਇਹ ਫਿਲਮ ਇੱਕ ਬਹੁਤ ਵੱਡੇ ਲੈਵਲ ਦੀ ਐਕਸ਼ਨ ਫਿਲਮ ਹੋਣ ਵਾਲੀ ਹੈ। ਫਿਲਮ ਦੀ ਟੈਗ ਲਾਈਨ ਵੀ ਰੱਖੀ ਗਈ ਹੈ, ਦ ਬਿਗੇਸਟ ਮੈਨ ਹੰਟ ਆਫ ਅ ਮੈਨ ਔਨ ਅ ਹੰਟ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਨਦਰ ਫਿਲਮਸ ਤੋਂ ਅਮੀਕ ਵਿਰਕ, ਜੋ ਇਸ ਫਿਲਮ ਦੇ ਵਿੱਚ ਹੀਰੋ ਵੀ ਨੇ, ਤੇ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਜਸਪਾਲ ਸੰਧੂ ਤੇ ਹਰਮਨ ਢਿੱਲੋਂ। ਫਿਲਮ ਦੀ ਰਿਲੀਜ਼ ਡੇਟ ਅਗਲੇ ਸਾਲ 26 ਮਈ 2023 ਦੀ ਰੱਖੀ ਗਈ ਹੈ। ਦੋਸਤੋ, ਬਹੁਤ ਹੀ ਜਲਦੀ ਸਾਡਾ ਪੰਜਾਬੀ ਮੇਨੀਆ ਦਾ ਪੋਡਕਾਸਟ ਦ ਪੰਜਾਬੀ ਸਿਨੇਮਾ ਸ਼ੋਅ ਦਾ ਸੀਜ਼ਨ 2 ਸ਼ੁਰੂ ਹੋਣ ਜਾ ਰਿਹਾ ਹੈ। ਇਸ ਸੀਜ਼ਨ ਦੇ ਵਿੱਚ ਅਸੀਂ ਤੁਹਾਡੇ ਲਈ ਢੇਰ ਸਾਰੀਆਂ ਨਵੀਆਂ ਨਵੀਆਂ ਪੰਜਾਬੀ ਸਿਨੇਮਾ ਦੀਆਂ ਗੱਲਾਂ ਦੇ ਉੱਤੇ ਡਿਸਕਸ਼ਨ ਕਰਾਂਗੇ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਇੱਕ ਵਾਰ ਫਿਰ ਸੀਜ਼ਨ 1 ਦੀ ਤਰ੍ਹਾਂ ਖੂਬ ਪਿਆਰ ਦਿਓਗੇ। ਫਿਲਹਾਲ ਤੁਸੀਂ ਸਾਡੇ ਸੀਜ਼ਨ 1 ਨੂੰ ਸਟ੍ਰੀਮ ਕਰ ਸਕਦੇ ਹੋ ਸਾਰਿਆਂ ਪੋਡਕਾਸਟ ਸਟ੍ਰੀਮਿੰਗ ਐਪਸ 'ਤੇ, ਜਿਵੇਂ ਕਿ ਸਪੋਟੀਫਾਈ, ਐਮਾਜ਼ਾਨ ਮਿਊਜ਼ਿਕ, ਐਪਲ ਪੋਡਕਾਸਟਸ, ਗਾਣਾ.com, ਡੀਜ਼ਰ, ਸਟਿਚਰ, ਆਡੀਬਲ, ਐਂਕਰ ਅਤੇ ਹੋਰ ਵੀ ਕਈ ਸਾਰੇ ਪਲੈਟਫਾਰਮਸ 'ਤੇ ਇਹ ਪੋਡਕਾਸਟ ਅਵੇਲੇਬਲ ਹੈ। ਅਤੇ ਪੰਜਾਬੀ ਸਿਨੇਮਾ ਸ਼ੋਅ ਦਾ ਸੀਜ਼ਨ 2 ਦੀ ਰਿਲੀਜ਼ ਡੇਟ ਵੀ ਅਸੀਂ ਜਲਦੀ ਹੀ ਅਨਾਊਂਸ ਕਰਾਂਗੇ। ਫਿਲਹਾਲ ਅਸੀਂ ਤਾਂ ਬਹੁਤ ਹੀ ਜ਼ਿਆਦਾ ਐਕਸਾਈਟਡ ਹਾਂ ਇਸ ਫਿਲਮ ਨੂੰ ਦੇਖਣ ਦੇ ਲਈ, ਅਤੇ ਜੇ ਤੁਸੀਂ ਵੀ ਐਕਸਾਈਟਡ ਹੋ ਗਏ ਹੋ ਤਾਂ ਸਾਨੂੰ ਸਾਡੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਿਓ। ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਲਈ ਜੁੜੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ।